असलाकुम की हाल चाल है जी कि दा? मेरी तरफों मेरी पूरी टीम की तरफों मेरी यूट्यूब फैमिली न बहुत 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 ईद मुबारक अल्लाह पाक पाकतानू खुश रखे ਅੱਲਾਹ ਪਾਕ ਕਰੇ ਤੁਹਾਡੀ ਜ਼ਿੰਦਗੀ ਚ ਐਦਾਂ ਦੇ ਹਜ਼ਾਰੋਂ ਖੁਸ਼ੀਆਂ ਭਰੇ ਦਿਨ ਆਉਣ ਬਹੁਤ-ਬਹੁਤ ਸ਼ੁਕਰੀਆ ਮੇਰਾ ਚੈਨਲ ਸਬਸਕ੍ਰਾਈਬ ਕਰਨ ਦਾ ਤੇ ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਨਾਲ ਜਿਹੜਾ ਘੰਟੀ ਦਾ ਬਟਨ ਹੈ ਇਹਨੂੰ ਜ਼ਰੂਰ ਦਬਾਓ ਤੇ ਆ ਮੈਂ ਦੋ ਆਪਣੇ ਨਵੇਂ ਚੈਨਲ ਬਣਾਏ ਨੇ ਇਹਨਾਂ ਚੈਨਲਸ ਨੂੰ ਵੀ ਸਬਸਕ੍ਰਾਈਬ ਕਰ ਲਓ ਤੇ ਇਹਨਾਂ ਦੀ ਘੰਟੀ ਦਾ ਬਟਨ ਦਬਾ ਦਿਓ ਤਾਂ ਮੇਰਾ ਫੇਸਬੁੱਕ ਪੇਜ ਤੁਹਾਨੂੰ ਨਜ਼ਰ ਆ ਰਿਹਾ ਇਹਨੂੰ ਵੀ ਲਾਈਕ ਕਰ ਲਓ ਕਾਲ ਮਲਾਉਣ ਜਾ ਰਹੇ ਕਸਾਈ ਨੂੰ ਬਹੁਤ ਮਜ਼ੇਦਾਰ ਕਾਲ ਆ ਜੀ ਮਲਾਉ ਜੀ ਕਾਲ ਹੈਲੋ ਹੈਲੋ ਅਸਲਾਮ ਵਾਲੇਕਮ ਵਾਲੇਕਮ ਸਵਾਗਤ ਜੀ ਕੀ ਹਾਲ ਚਾਲ ਹੈ ਅੱਲਾ ਦਾ ਕਰਮ ਸਤ ਵੀ ਠੀਕ ਹੈ ਜੀ ਹਾਂਜੀ ਸ਼ੁਕਰ ਅੱਲਾ ਦਾ ਟਾਈਮ ਹੈ ਜੀ ਪਰ ਭਾਰੂ ਸ਼ੁਰੂ ਕਰਦੇ ਹੋ ਹਾਂਜੀ ਭਾਰੂ ਘਰੀ ਦੇ ਆ ਜੀ ਇਹ ਵੱਡੇ ਦੇ ਵੜੇ ਦੇ ਕਿੰਨੇ ਪੈਸੇ ਜੀ 25000 ਰੁਪਏ ਹਾਂਜੀ ਪਹਿਲੇ ਟਾਈਮ ਦਾ ਪਹਿਲੇ ਪਹਿਲੇ ਟਾਈਮ ਦਾ ਅੱਛਾ ਪਹਿਲੇ ਟਾਈਮ ਦਾ ਠੀਕ ਹੈ ਤੇ ਜੇ ਦੂਏ ਦਿਨ ਕਰਵਾਉਣਾ ਹੋਵੇ ਦੂਏ ਦਿਨ 20000 ਰੁਪਏ ਹੋ ਜਾਏਗਾ ਤੇ ਪਹਿਲੇ ਦਿਨ ਕਿਉਂ 25000 ਰੁਪਏ ਜੀ ਪਹਿਲੇ ਦਿਨ ਫਿਰ ਇਹ ਹੁੰਦਾ ਨਾ ਕਿ ਹਰ ਬੰਦੇ ਦੀ ਕੋਸ਼ਿਸ਼ ਹੁੰਦੀ ਹੈ ਕਿ ਕਿਸਾਈ ਪਹਿਲੇ ਸਾਡੇ ਵਾਲੀ ਆਵੇ ਅਸੀਂ ਕੁਰਬਾਨੀ ਕਰਾ ਲਈਏ ਪਹਿਲੇ ਅੱਛਾ 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 ਸਹੀ ਹੈ ਤੇ ਬੱਕਰੇ ਦਾ ਜੀ ਬੱਕਰੇ ਦਾ 10000 ਰੁਪਏ 10000 ਰੁਪਏ ਹਾਂਜੀ ਇੱਕ ਬੱਕਰੇ ਦਾ ਕੁੰਟ ਦੇ ਕਿੰਨੇ ਬੰਦੇ? 50000 ਰੁਪਿਆ 50000 ਰੁਪਿਆ ਕਿੰਨੇ ਬੰਦੇ ਲੱਗਣੇ ਨੇ ਤੁਹਾਡੇ? ਹਾਂਜੀ ਬੰਦੇ ਬੰਦੇ ਜਿੰਨੇ ਮਰਜ਼ੀ ਲੱਗਣ ਜੀ ਤੁਸੀਂ ਤਾਂ ਤੁਹਾਨੂੰ ਤਾਂ ਗੋਸ਼ਤ ਬਣਾਇਆ ਚਾਹੀਦਾ ਹੂੰ ਬੰਦੇ ਉਸ ਤਰ੍ਹਾਂ ਵੀ ਮੇਰੇ ਨਾਲ ਪੰਜ ਛੇ ਹੁੰਦੇ ਨੇ ਤੇ ਐਦਾਂ ਕਰਨਾ ਜੀ ਤੁਸੀਂ ਹਾਂਜੀ ਆਪਾਂ ਨਾ ਆਪਣੀਆਂ ਫਰਿੱਜਾਂ ਨਹੀਂ ਭਰਨੀਆਂ। ਅੱਛਾ ਠੀਕ ਹੈ ਨਾ ਜੀ ਇਹ ਵੰਡਿਆ ਜਾਵੇ ਤੇ ਅੱਛੀ ਗੱਲ ਹੁੰਦੀ ਜਿੱਦਾਂ ਆਰਡਰ ਆ ਨਾ ਜੀ ਹਾਂ ਜੀ ਆਰਡਰ ਤੇ ਚੱਲਣਾ ਠੀਕ ਹੈ ਜੀ ਤੇ ਆਪਾਂ ਇਹ ਕੰਮ ਨਹੀਂ ਕਰਨਾ ਕਿ ਪਤਾ ਲੱਗੇ ਜੀ ਛਾਪਰ ਦੇ ਵਿੱਚ ਇੱਕ ਹੱਡੀ ਹੈ ਤੇ ਦੋ ਬੋਟੀਆਂ ਨੇ ਤੇ ਦੋ ਚਰਬੀਆਂ ਨੇ ਹਾਂ ਜੀ ਹਾਂ ਜੀ ਸਮਝ ਰਹੇ ਹੋ ਹਾਂ ਜੀ ਮਾੜੇ ਬੰਦੇ ਹਾਂ ਜੀ ਵਿਚਾਰੇ ਸਵੇਰ ਤੋਂ ਹੀ ਡੀਕਣ ਲੱਗ ਪੈਂਦੇ ਨੇ ਹਾਂ ਜੀ ਪਤਾ ਲੱਗਦਾ ਜੀ ਕਿ ਬੂਹਾ ਖੜਕਿਆ ਹੈ ਕਿ ਗੋਸ਼ਤ ਆ ਹਾਂ ਜਿਹੜੇ ਖੋਲ ਕੇ ਦੇਖਿਆ ਤੇ ਦੋ ਬੋਟੀਆਂ ਨੇ ਸੀ ਤਾਂ ਬਣਾ ਕੇ ਦੇ ਦੇਣਾ ਹੁੰਦਾ ਜੀ ਅਸੀਂ ਕੋ ਵੰਡਣਾ ਤਾਂ ਨਹੀਂ ਹੁੰਦਾ ਹਾਂ ਤੇ ਜਿਹੜੇ ਘਰ ਨੇ ਜਿੰਨੇ ਕਰਾਉਣੀ ਹੈ ਕੁਰਬਾਨੀ ਉਹਨੇ ਵੰਡਣਾ ਜੀ ਉਹ ਮਤਲਬ ਅਸੂਲ ਤੇ ਇਹ ਆ ਨਾ ਕਿ ਤੁਸੀਂ ਅਗਰ ਕਿਸੇ ਦੇ ਘਰ ਗੋਸ਼ਤ ਦੇ ਕੇ ਗਏ ਆ ਹਾਂਜੀ ਤੇ ਫਿਰ ਇਹ ਆ ਕਿ ਉਹ ਵਿਚਾਰਾ ਉਸੇ ਟਾਈਮ ਹੀ ਆਪਣੀ ਹਾਂਡੀ ਬਣਾਵੇ ਤੇ ਆਪਣੇ ਬੱਚਿਆਂ ਨੂੰ ਖਵਾਵੇ ਤੇ ਹੁੰਦਾ ਇਥੇ ਦਾਇਆ ਕਿ ਇੱਕ ਗੋਸ਼ਤ ਦੇ ਜਾਂਦਾ ਤਾਂ ਫਿਰ ਬੈਠੇ ਰਹਿੰਦੇ ਕਿ ਚਲੋ ਯਾਰ ਹੋਰ ਕਿਤੇ ਆਵੇ ਹਾਂਜੀ ਹਾਂਡੀ ਜੋਗਾ ਹੋਵੇ ਤੇ ਫਿਰ ਕਿਤੇ ਕੋਈ ਪਕਾਈਏ ਤਾਂ ਦਿਲ ਕਰੇ ਸ਼ਾਮ ਤੱਕ ਕੋਈ ਨਾ ਆਵੇ ਇਦਾਂ ਹੀ ਆ ਜੀ ਇਦਾਂ ਹੀ ਗੱਲ ਸਮਝ ਰਹੇ ਹੋ ਨਾ ਜੀ ਇਦਾਂ ਹੀ ਤੇ ਆਪਾਂ ਇਹ ਕਰਨਾ ਹੈ ਕਿ ਖੁੱਲਾ ਕੰਮ ਮਤਲਬ ਕਿ ਜਿਹਦੇ ਘਰ ਜਾਵੇ ਉਹ ਉਸੇ ਟਾਈਮ ਆਪਣਾ ਪਕਾਵੇ ਤੇ ਆਪਣਾ ਖਾਵੇ ਹਾਂਜੀ ਹਾਂਜੀ ਹੋਣਾ ਚਾਹੀਦਾ ਜੀ ਇਦਾਂ ਇਹਦਾ ਨਾ ਹੀ ਕੁਰਬਾਨੀ ਆ ਹਾਂਜੀ ਤੇ ਬਹੁਤ ਸੋਹਣਾ ਗੋਸਤ ਬਣਾਉਣਾ ਜੀ ਠੀਕ ਆ ਜੀ ਗੋ ਬੋਟੀ ਦਾ ਪਤਾ ਲੱਗਣਾ ਚਾਹੀਦਾ ਹੈ ਕਿ ਕਿਸੇ ਕਸਾਈ ਦੇ ਹੱਥ ਲੱਗੇ ਉਹ ਮੈਂ ਕਹਿੰਦਾ ਭਾਜੀ ਤੁਸੀਂ ਅੱਲਾਹ ਦੀ ਰਹਿਮਤ ਦੇ ਨਾਲ ਜਦੋਂ ਬਣਵਾਓਗੇ ਤੁਸੀਂ ਆਪ ਯਾਦ ਕਰੋਗੇ ਕਿ ਵਾਕਈ ਕੋਈ ਸੜਕਰ ਕਸਾਈ ਆ ਜੀ ਮਤਲਬ ਕਿ ਬੋਟੀਆਂ ਪਈਆਂ ਹੋਣ ਇੰਜ ਲੱਗੇ ਕਿਸੇ ਨੇ ਬਰਫੀ ਕੱਟੀ ਹੋਈ ਹੈ ਦੇਖੋ ਜੀ ਇਹੀ ਦਦ ਇਹਨੂੰ ਹੁੰਦਾ ਹੈ ਬਰਫੀ ਵਾਲੀ ਤੇ ਨਹੀਂ ਕੱਟੀ ਜਾਂਦੀ ਨੇਕ ਨੇਕੀ ਬੋਟੀ ਹੋਵੇ ਸੋਨਾ ਗੋਸਤ ਬਣਿਆ ਹੋਵੇ ਚਲੋ ਨੇਕ ਨੇਕੀ ਬੋਟੀ ਕਰ ਦਿਆਂਗੇ ਹਾਂਜੀ ਇਹ ਤੁਹਾਡੀ ਮਿਹਰਬਾਨੀ ਹੈ ਕੋਈ ਗੱਲ ਨਹੀਂ ਠੀਕ ਹੈ ਨਾ ਜੀ ਠੀਕ ਤੇ ਤੁਸੀਂ ਨਾ ਹੁਣ ਜੀ ਇਹ ਪਹਿਲਾਂ ਬੇੜੇ ਦਾ ਕਿੰਨਾ ਦੱਸਿਆ 50000 ਰੁਪਏ ਜੀ 50000 ਤੁਹਾਡਾ ਮੇਰਾ ਪੱਕਾ ਹੋ ਗਿਆ ਬੇੜੇ ਦਾ ਜੀ ਅੱਛਾ ਜੀ ਤੇ ਬੱਕਰੇ ਦਾ ਬੱਕਰੇ ਦਾ 10000 ਰੁਪਏ ਅਗਰ ਬੱਕਰੇ 4 5 6 ਹੋਣ ਫੇ ਤੇ ਫਿਰ ਉਸ ਹਿਸਾਬ ਨਾਲ ਪੈਸੇ 6 ਤਾਂ 60000 ਹੋ ਗਿਆ 6 ਤਾਂ 60000 ਹੋ ਗਿਆ ਚਲੋ ਤੁਹਾਡਾ ਮੇਰਾ ਵੈੜੇ ਦਾ 25000 ਮੁੱਕ ਗਿਆ ਜੀ ਹਾਂਜੀ ਬੱਕਰੇ ਦਾ ਕੋਈ ਕਰ ਲੋ 8-9000 ਰੁਪਇਆ ਬੱਕਰੇ ਦਾ ਹਾਂਜੀ ਇੱਕ ਬੱਕਰੇ ਦਾ 8-9000 ਹਾਂ ਇੱਕ ਦਾ ਉਹ ਯਾਰ ਕਰੋੜੀ ਪਹਿਲੇ ਟਾਈਮ ਪਹਿਲੇ ਟਾਈਮ ਕੀ ਅੱਧ ਫਿਰ ਨਹੀਂ ਘੱਟ ਹੁੰਦੇ ਪੈਸੇ ਅੱਛਾ ਹਾਂਜੀ ਕਿਉਂਕਿ ਅਸੀਂ ਆਰਡਰ ਫਿਰ ਛੱਡਣੇ ਵੀ ਹੁੰਦੇ ਨਾ ਕਿ ਭਾਈ ਪਹਿਲੇ ਟਾਈਮ ਉਹਨਾਂ ਨੇ ਪੈਸੇ ਭਰੇ ਨਹੀਂ ਸੀ ਅਸੀਂ ਉਹ ਇੱਕੋ ਘਰ ਚ ਹੀ ਫਿਰ ਲੱਗ ਪਈਦਾ ਹੂੰ ਚਲੋ ਛੇ ਬੱਕਰਿਆਂ ਦਾ 60000 ਹੋ ਗਿਆ ਹਾਂਜੀ ਵੈੜ ਦਾ ਹੋ ਗਿਆ 25000 25000 ਇਹ ਹੋ ਗਿਆ ਜੀ 85000 ਹਾਂਜੀ ਤੇ ਊਂਟ ਦਾ ਊਂਟ ਦਾ 50000 ਰੁਪਏ ਊਂਟ ਦਾ 50000 ਹੋ ਗਿਆ 80 ਤੇ 50 130 ਹਾਂਜੀ 1 ਲੱਖ 30 ਤੇ 1 ਲੱਖ 35000 ਹੋ ਗਿਆ ਜੀ ਹਾਂਜੀ ਇੱਕ ਊਂਟ ਇੱਕ ਊਂਟ ਇੱਕ ਵਿਹੜ ਇੱਕ ਵਿਹੜ ਤੇ 6 ਬੱਕਰੇ ਦੇ 6 ਬੱਕਰੇ ਠੀਕ ਹੈ ਨਾ ਜੀ ਇਹ ਤੁਹਾਡਾ ਮੇਰਾ ਹੁਣ ਪੱਕਾ ਹੋ ਗਿਆ ਜੀ ਠੀਕ ਹੈ ਜੀ ਤੇ ਤੁਸੀਂ ਹੁਣ ਇਹ ਹੈ ਕਿ ਕਿਸੇ ਹੋਰ ਬੰਦੇ ਨਾਲ ਨਹੀਂ ਜਾਣਾ ਚਾਹ। ਨਹੀਂ ਜੀ ਜੋ ਤੁਹਾਡਾ ਨਾਲ ਗੱਲ ਹੋ ਗਈ ਤਾਂ ਫਿਰ ਕਿ ਕਿਸੇ ਹੋਰ ਹਲਕਲੇ ਜਾਣਾ ਬਸ ਇਹ ਆ ਕਿ ਅਗਲੀ ਈਦ ਤੇ ਤੁਸੀਂ ਟਾਈਮ ਨਾਲ ਪਹੁੰਚ ਜਾਣਾ ਜੀ ਕਿਹੜੀ ਤੇ ਜੀ ਅਗਲੀ ਤੇ ਜੀ ਅਗਲੀ ਤੇ ਹਾਂਜੀ ਤੇ ਕਿ ਭਾਜੀ ਤੁਸੀਂ ਆਰਡਰ ਅੱਜ ਦੇਣ ਦਾ ਹੋ ਤੁਸੀਂ ਅਗਲੀ ਤੱਕ ਮਰ ਜਾਣਾ ਤੁਸੀਂ ਨਹੀਂ ਐਲਕੀ ਮੇਰੇ ਕੋ ਪੈਸੇ ਨਹੀਂ ਆਏ ਤੇ ਮੈਂ ਕਿਹਾ ਅਗਲੀ ਈਦ ਦਾ ਕਸਾਈ ਬੁੱਕ ਕਰ ਲਵਾਂ ਟਾਈਮ ਨਾਲ ਇਹ ਆ ਕਿ ਤਿੰਨ ਚਾਰ ਦਿਨ ਪਹਿਲੇ ਵੀ ਮੈਨੂੰ ਫੋਨ ਕਰਕੇ ਮੇਰ ਨਾਲ ਹੈਲੋ ਹੈਲੋ ਕਰ ਲਈਓ ਕਿੰਨਾ ਤੁਸੀਂ ਮੈਂਦਰ ਨਾ ਹਲੋ ਹਲੋ ਕੱਲੀ ਕਰਨੀ ਹੈ ਵੀ ਇੱਕ ਤੇ ਤੂੰ ਕਹਿਂਦਿਆ ਅਗਲੀ ਇੱਤੇ ਕਰਨਾ ਆਰਡਰ ਤੂੰ ਐਸੀ ਤੇ ਦੇਂਡਿਆ ਨਹੀਂ ਮੇਰਾ ਜ਼ੇਹਨ ਬਣਿਆ ਸੀਗਾ ਮੈਂ ਕਿਹਾ 6 ਬੱਕਰੇ ਲਾਊਂਗਾ ਅੱਛਾ ਇੱਕ ਵੈੜ ਲਾਊਂਗਾ ਅੱਛਾ ਇੱਕ ਊਂਠ ਲਾਊਂਗਾ ਓ ਜਲਿਆ ਕੁਛ ਨਹੀਂ ਨਹੀਂ ਉਹ ਤਾਂ ਅਗਲੀ ਇੱਤੇ ਲੈਣੇ ਨੇ ਨਾ ਐਸੀ ਤੇ ਤਾਂ ਪੈਸੇ ਹੀ ਨਹੀਂ ਸੀਗੇ ਕੋਲ ਐਸੀ ਤੇ ਦਾ ਲੂਣ ਤੇ ਲੱਕੜੀਆਂ ਨਹੀਂ ਪੂਰੀਆਂ ਹੋਣ ਡੀਆਂ ਮਤਲਬ ਬੱਕਰੇ ਊਂਠ ਕਿੱਥੋਂ ਲੈਣੇ ਆ ਤੇ ਇਹ ਆ ਕਿ ਤੁਹਾਡੇ ਮੇਰੇ ਹੁਣ ਪੈਸੇ ਮੁੱਕ ਗਏ ਉਹ ਪੈਸੇ ਮੁੱਕ ਗਾ ਆ ਤੇ ਹੁਣ ਅਗਲੀ ਇੱਤੇ ਵੀ ਦਿਲ ਕਰੇ ਤੇਰੇ ਕੋਲ ਨਾ ਹੋਣ ਤੇ ਮੈਂ ਕਿਸੇ ਹੋਰ ਦਾ ਆਰਡਰ ਨਾ ਫੜਾ ਤਾਂ ਮੈਨੂੰ ਤਾਂ ਤੂੰ ਰੱਦ ਦਿੱਤਾ ਨਾ ਰੜੇ ਤੇ ਹਾਂ ਇਹ ਇਹ ਆ ਕਿ ਬੋਟੀ ਜਰਾ ਛੋਟੇ ਛੋਟੀ ਹੈ ਜੀ ਉਹ ਬੋਟੀ ਛੋਟੀ ਛੋਟੀ ਮਾਮਾ ਅਗਲੀ ਤੱਕ ਕਰਵਾਉਣਾ ਤੇ ਐਸ ਸਾਲ ਕਰਨੇ ਆ ਬੋਟੀ ਛੋਟੀ ਛੋਟੀ ਹਾਂ ਇਹ ਆ ਕਿ ਖਲ ਨੂੰ ਟੱਕ ਨਹੀਂ ਲੱਗਣਾ ਚਾਹੀਦਾ ਕਿਹੜੀ ਖਲ ਨੂੰ ਤੇਰੀ ਖਲ ਲਾਉਣੀ ਆ ਸੀ ਤੇ ਗਰਬਾਨੀ ਤੂੰ ਅਗਲੀ ਤੱਕ ਕਰਾਉਣੀ ਆ ਵਕਤ ਤੈਨੂੰ ਹੁਣ ਪਿਆ ਹਾਂ ਇਹ ਅੱਛਾ ਟਾਈਮ ਨਾਲ ਲੇਟ ਨਹੀਂ ਕਰਨਾ ਉਹ ਕੀ ਲੇਟ ਓਏ ਬਸ ਤੁਹਾਨੂੰ ਮੈਂ ਦੱਸਾਂ ਇਹ ਖੋਤਾ ਜਿਆਰਾ ਹੋਵੇ ਮਾ ਮਾ ਸਾਡਾ ਟਾਈਮ ਵੇਸਟ ਕਰਨ ਰਿਹਾ ਤੂੰ ਹਾਂ ਇਹ ਆ ਕਿ ਕੰਮ ਦੇ ਦਿਨਾਂ 'ਵਾਂ ਤੇ ਤੂੰ ਕਿਹੜੀਆਂ ਚਵੜਾ ਮਾਰਨ ਰਿਹਾ ਈ ਇਹ ਕਿ ਅਨਾੜੀ ਬੰਦਾ ਨਹੀਂ ਨਾਲ ਲਾਉਣਾ ਹੈ ਓਏ 나ੜੀ ਕੀ ਗੱਲ ਆ ਤੈਨੂੰ ਬਸ ਇਹ ਆ ਕਿ ਅਨਾੜੀ ਬੰਦਾ ਇਹ ਆ ਕਿ ਆਪਣਾ ਆਰਾਮ ਨਾਲ ਆਇਓ ਅੱਛਾ ਚਾਹੇ ਕਿਦਾਂ ਚਾਹੇ ਚਾਹੇ ਤੁਸੀਂ ਜਿੰਨੀ ਵਾਰੀ ਕਹੋਗੇ ਤੁਹਾਨੂੰ ਮਿਲੇਗੀ ਅਗਲੇ ਸਾਲ ਹਾਂਜੀ ਅਗਲੇ ਸਾਲ ਦੁੱਧ ਦੇ ਪੈਸੇ ਵੀ ਨਹੀਂ ਆ ਹਾਂ ਮਾ ਮਾ ਜਿੱਥੇ ਇਨੇ ਉਠਾਂ ਦੇ ਪੈਸੇ ਖਰਚੜੇ ਬੱਕਰੀਆਂ ਦੇ ਖਰਚੜਨੇ ਆ 1.5 ਲੱਖ ਦੀ ਮੱਝ ਲੈ ਆ ਕੇ ਬੰਨ ਆਹ ਇਹ ਬੋਟੀ ਜਰਾ ਹੈ ਜੀ ਬੋਟੀ ਮੈਂ ਤੇਰੀ ਇੰਜ ਦੀ ਕਰਨੀ ਆ ਕਿ ਕਿਸੇ ਬੰਦੇ ਦਾ ਖਾਣ ਨੂੰ ਦਿਲ ਨਹੀਂ ਕਰਨਾ ਇਹ ਆ ਕਿ ਬਸ ਇਹ ਜਰਾ ਇੰਨੇ ਇੰਜ ਵਿੱਚ ਬਰਫੀ ਕੱਟੀ ਹੁੰਦੀ ਹੈ ਉਹ ਕਿਹੜੀ ਬਰਫੀ ਮਾਮਾ ਹਲਵਾਈ ਨੂੰ ਫੋਨ ਕੀਤਾ ਤੂੰ ਬਰਫੀ ਕੱਟੀ ਹੁੰਦੀ ਹੈ ਮੈਂ ਹੋ ਤੇਰੀ ਜੇਬ ਚ ਨਹੀਂ ਤੇ 60000 ਰੁਪਏ ਕਿੰਨਾ ਬਕਰਿਆ ਜੀ 6 ਬਕਰੇ 60000 ਤੁਹਾਡੇ ਹੋ ਗਿਆ 50000 ਤੁਹਾਡਾ ਵੜੇ ਦਾ ਹੋ ਗਿਆ ਪੀ ਆ ਯਾਰ ਤੁਹਾਡਾ ਇਹ ਉਠਦਾ ਹੋ ਗਿਆ ਇਹ ਟੋਟਲ ਹੋ ਗਿਆ ਜੀ 135 ਹੈ ਮਾਮਾ ਦੁੱਧ ਵਾਸਤੇ ਤੇਰੇ ਕੋ 35 ਰੁਪਏ ਨਹੀਂ ਹੈਗੇ ਤੇ ਵੇ ਤੂੰ ਸ਼ਾਵਾ ਕਿੰਨੀਆਂ ਗਣਾਤੀਆਂ ਮੁੰਡੇ ਤੇਰਾ ਸਾਫ ਸੁਥਰੇ ਹੈ ਸਾਫ ਸੁਥਰੇ ਕੀ ਕਸਮ ਦਵਾਉਣੀ ਪਹਿਲੇ ਉਹਨਾਂ ਕੋ ਸਾਫ ਸੁਥਰੇ ਮੁੰਡੇ ਟਾਈਮ ਨਾਲ ਆ ਜੀ ਉਹ ਕਿਹੜੇ ਟਾਈਮ ਨਾਲ ਇਹ ਹੈ ਕਿ ਇਦੋਂ ਇੱਕ ਦਿਨ ਪਹਿਲੇ ਮੈਨੂੰ ਫੋਨ ਜ਼ਰੂਰ ਕਰ ਲੈਣਾ ਆ ਮੇਰਾ ਨੰਬਰ ਹੈ ਸੇਵ ਕਰ ਲੈਣਾ ਹਾਂ ਆ ਨੰਬਰ ਮੇਰਾ ਸੇਵ ਕਰ ਲੈਣਾ ਮੈਂ ਤੈਨੂੰ ਸੇ ਸੇਵ ਕਰ ਲਈਏ ਮਾਮਾ ਭੁੱਖਾ ਨੰਗਾ ਬੰਦਾ ਤੂੰ ਉਠ ਵੀ ਕਰਾ ਲਿਆ ਬੱਕਰੇ ਵੀ ਕਰਾ ਲਿਆ ਵਾੜਾ ਵੀ ਕਰਾ ਲਿਆ ਮੈਨਿਆ ਪਤਾ ਨਹੀਂ ਕਿਹੜੇ ਸ਼ਈਏ ਨੇ ਫੋਨ ਕਰ ਦਿੱਤਾ ਜੀ ਪੈਸੇ ਵੀ ਉਹਨੇ ਓਕੇ ਕਰ ਦਿੱਤੇ ਠੀਕ ਹੈ 60000 ਤੁਹਾਨੂੰ ਇਹ ਦੇਵਾਂਗਾ 50 ਤੁਹਾਨੂੰ ਇਹ ਦੇਵਾਂਗਾ 50 ਤੁਹਾਨੂੰ ਇਹ ਦੇਵਾਂਗਾ ਤੇ ਕੁਰਬਾਨੀ ਤੂੰ ਮਾਮਾ ਅਗਲੀ ਇੱਥੇ ਕਰਾਉਣੀ ਆ ਹਾਂ ਇਹ ਹੈ ਕਿ ਜਿਹੜੇ ਖਰੋੜੇ ਨੇ ਨਾ ਜੀ ਇਹ ਅਸੀਂ ਆਪਣੇ ਫੁੱਫੜ ਨੂੰ ਦੇਣੇ ਆ ਜੀ ਉਹ ਮੇਰੀ ਵੱਲੋਂ ਫੁੱਫੜ ਨੂੰ ਛੱਡ ਕੇ ਤਾਂ ਭਾਵੇਂ ਮਾਸੜ ਨੂੰ ਦੇ ਮਾਮਾ ਮੈਂ ਕੀ ਮੈਂ ਹੀ ਕਰਾਂ ਤੇਰੇ ਪਾਵਿਆਂ ਦਾ ਫੁੱਫੜ ਨੇ ਉੱਥੇ ਕੋਲੀ ਹੋਣਾ ਤੇ ਅਗਰ ਉਹ ਬਹੁਤਾ ਕੋਈ ਬੋਲੇ ਸ਼ੋਲੇ ਤੋਂ ਦੀ ਗੱਲ ਦਾ ਗੁੱਸਾ ਨਾ ਕਰਿਓ ਫੁੱਫੜ ਮੇਰਾ ਉਹ ਮੈਂ ਤੇਰੀ ਮੈਂ ਨਸਲ ਵੜ ਦੇਣੀ ਹੈ ਤੂੰ ਮੈਨੂੰ ਕਿਹੜੀਆਂ ਗੱਲਾਂ ਕਹਿਣ ਦੇ ਜੀ ਫੁੱਫੜ ਉੱਥੇ ਹੋਵੇ ਤੇ ਕੋਈ ਗੱਲ ਕਰੇ ਤੇ ਗੁੱਸਾ ਨਾ ਕਰਿਓ ਹਾਂਜੀ ਫੁੱਫੜ ਦੀ ਲੈ ਗੱਲਾਂ ਕਰਦਾ ਨਾ ਜੀ ਇਹ ਥੁੱਕਾਂ ਬਹੁਤ ਸਿੱਟਦਾ ਮੂੰਹ ਤੇ ਤੇ ਦਰਾ ਬਚ ਕੇ ਦਰਾ ਮੈਂ ਉਹਦੀ ਅੱਲਾ ਦੀ ਰਹਿਮਤ ਨਾਲ ਜ਼ੁਬਾਨ ਹੀ ਵੜ ਦੇਣੀ ਹੈ ਸਮਝ ਲਗੀ ਆ ਕਿ ਨਹੀਂ ਉਹ ਪੈਸੇ ਗਿੰਨਣ ਨੂੰ ਵੀ ਤਰਸੂਗਾ ਕਿਸੇ ਨਾਲ ਬੰਦਾ ਰੱਖੂਗਾ ਉਹਨੂੰ ਕਿਆ ਕਰੇਗਾ ਜ਼ੁਬਾਨ ਬਾਰ ਗੱਡੀ ਮੇਂ ਪੈ ਗਿੰਨੇ ਆ ਕਿਆ ਸਭ ਬੰਦਾ ਏ ਯਾਰ ਤੂੰ ਬੋਟੀ ਤੇ ਰਹੇਂ ਮਨਾ ਉਹ ਬੋਟੀ ਮੈਂ ਤੇਰੀ ਇੰਜ ਦੀ ਬਣਾਉਣੀ ਆ ਕਿ ਯਾਦ ਕਰੇਗਾ ساری ਜ਼ਿੰਦਗੀ ਮناسب ਬੋਟੀ ਹੋਣੀ ਚਾਹੀਦੀ ਹੈ ਮناسب ਬੋਟੀ ਹਾਂਜੀ ਬਸ ਇਹ ਆ ਕਿ ਜ਼ਰਾ ਟਾਈਮ ਨਾਲ ਹੈ ਜੀ ਕਿਆ ਸਤ ਸਲੀਲ ਬੰਦਾ ਤੂੰ ਮਮਾ ਚੰਗੇ ਭਲੇ ਥਿਹਾਰ ਲੌਂਡੇ ਆ ਤੇ ਤੂੰ ਫੋਨ ਕਰ ਦਿੱਤਾ ਕੁਰਬਾਨੀ ਤੂੰ ਅਗਲੇ ਸਾਲ ਕਰਾਉਣੀ ਆ ਵਾਹ ਤੈਨੂੰ ਹੁਣ ਪਿਆ ਆ ਚਲੋ ਠੀਕ ਹੈ ਜੀ ਹੁਣ ਚਲੋ ਦਫਾ ਬਕਵਾਸ ਆਪਣੀ ਬੰਦ ਕਰ ਤੇ ਫੋਨ ਵੀ ਬੰਦ ਕਰ ਤੇ ਹੁਣ ਆਪਾਂ ਤੁਸੀਂ ਅਗਲੇ ਸਾਲ ਤੁਹਾਡਾ ਮੇਰਾ ਰੇਟ ਪੱਕਾ ਹੋ ਗਿਆ ਜੀ ਓਏ ਮੈਂ ਤੈਨੂੰ ਕਹਿਣ ਦੇ ਬਕਵਾਸ ਆਪਣੀ ਬੰਦ ਕਰ ਲਾ ਅੱਗੇ ਹਥਿਆਰ ਲਾ ਲੈ ਸਾਡੀ ਮਤ ਵੱਜੀ ਆ ਉਦੋਂ ਤੂੰ ਖੋਤੇ ਆ ਜਿਆ ਫੋਨ ਕਰਕੇ ਸਾਨੂੰ ਘਪਾਉਣ ਦੇ ਆ ਤੂੰ ਹਾਂਜੀ ਬਸ ਠੀਕ ਹੈ ਚਲੋ ਜੀ ਬਹੁਤ ਅੱਛਾ ਲੱਗਾ ਤੁਹਾਡੇ ਨਾਲ ਗੱਲ ਕਰਕੇ ਓ ਮੈਨੂੰ ਬਿਲਕੁਲ ਨਹੀਂ ਅੱਛਾ ਲੱਗਾ ਬਕਵਾਸ ਬੰਦ ਕਰ ਆਪਣੀ ਤੇ ਤੁਹਾਡੀ ਮਿਹਰਬਾਨੀ ਤੁਸੀਂ ਟਾਈਮ ਦਿੱਤਾ ਆ ਮੈਨੂੰ ਉਮੀਦ ਹੈ ਕਿ ਅਗਲੀ ਵਾਰ ਤੇ ਵੀ ਤੁਸੀਂ ਮੈਨੂੰ ਟਾਈਮ ਦੇਓਗੇ ਅਗਲੀ ਤੋਂ ਪਹਿਲਾਂ ਹੀ ਤੇਰਾ ਮੈਂ ਕੰਮ ਕਰ ਦੇਣਾ ਹਾਂ ਬਸ ਇਹ ਜ਼ਰਾ ਬੋਟੀ ਜ਼ਰਾ ਬੋਟੀ ਜ਼ਰਾ ਚੁੱਟ ਜਾ ਉਹ ਬਕਵਾਸ ਆਪਣੀ ਬੰਦ ਕਰ ਬੋਟੀ ਇੰਜ ਵੀ ਬਰਫੀ ਕੱਟੀ ਹੁੰਦੀ ਹੈ ਤੇਰੀ ਮੈਂ ਜਿਹਦੀ ਬੋਟੀ ਬਣਾਉਣੀ ਹੈ ਨਾ ਕਿ ਖਾਣ ਨੂੰ ਕਿਸੇ ਦਾ ਦਿਲ ਨਹੀਂ ਕਰਨਾ ਹਾਂ ਬਸ ਅੱਜ ਇਹ ਟਾਈਮ ਨਾ ਜੀ ਮੈਂ ਬਕਵਾਸ ਬੰਦ ਕਰ ਮੈਂ ਹੁਣ ਫੋਨ ਰੱਖਦਾ ਜੀ ਉਹ ਤੂੰ ਰੱਖ ਦੇ ਫੋਨ ਹਾਂ ਤੇ ਅਗਲੇ ਸਾਲ ਇਨਸ਼ਾਅੱਲਾ ਇਹ ਬੜਾ ਦਵਾ ਹੋ ਅਗਲਾ ਸਾਲ ਮਮਾ ਤੂੰ ਪਤਾ ਨਹੀਂ ਵੇਖਣਾ ਕਿ ਵੇ ਨਹੀਂ ਵੇਖਣਾ ਅਗਲਾ ਸਾਲ ਏਡਾ ਤੂੰ ਕਿਤੇ ਸਾਨੂੰ ਟੱਕਰ ਗਿਆ ਅਗਲੇ ਸਾਲ ਦੇ ਆਰਡਰ ਦੇਣ ਡਿਆ ਚੰਗਾ ਜੀ ਖੁਦਾ ਹਾਫਿਜ਼ ਉਹ ਬਰਦਫਤੂਰ ਲਾਲਤ ਬੇਸ਼ੁਮਾਰ ਤੇ ਤੇ